ਸਤਿ ਸ਼੍ਰੀ ਅਕਾਲ, ਤੁਹਾਡਾ ਪੰਜਾਬੀ ਦੇ ਕਿਚਨ 'ਚ ਸਵਾਗਤ ਹੈ। ਅਸੀਂ ਰਾਜਮਾਂ ਦੀ ਰੈਸਪੀ ਬਣਾ ਰਹੇ ਹਾਂ। ਇਹ ਥੋੜ੍ਹੇ ਰਾਜਮਾਂ ਹੀ ਭਿਓ ਕੇ ਰੱਖੇ ਨੇ, ਪਰ ਅੱਜ ਕੱਲ੍ਹ ਸਰਦੀ ਦੇ ਮੌਸਮ 'ਚ ਨਾ ਘੱਟ ਭਿੱਜੇ ਨੇ, ਇਸ ਕਰਕੇ ਮੈਂ ਇਹਨੂੰ ਬੋਇਲ ਕਰਾਂਗੀ। ਪਾਣੀ ਕੁੱਕਰ ਦੇ ਉੱਤੇ ਰੱਖਤਾ ਵਾ, ਉੱਪਰ 'ਚ ਨਮਕ ਪਾ ਰਹੀ ਹਾਂ ਮੈਂ 1 ਚਮਚ, ਅਤੇ ਹੁਣ ਅਸੀਂ ਬੰਦ ਕਰ ਦਾਂਗੇ। 1/2 ਘੰਟੇ ਵਾਸਤੇ ਬੋਇਲ ਕਰਾਂਗੇ। ਸਾਡੇ ਰਾਜਮਾਂ ਦੇਖੋ ਬੋਇਲ ਹੋ ਗਏ ਨੇ, ਹੁਣ ਦਿਖਾਉਂਦੀ ਹਾਂ, ਆਹ ਦੇਖੋ। ਅਤੇ ਅਸੀਂ ਥੋੜ੍ਹਾ ਜਿਹਾ ਇਹਨੂੰ ਪਾਣੀ ਇਹਦਾ ਸੈਪਰੇਟ ਕਰਤਾ, ਥੋੜ੍ਹਾ ਹੀ ਇਹਨੂੰ ਸੂਪ ਦੇ ਵੱਲੋਂ ਵੀ ਯੂਜ਼ ਕਰਾਂਗੇ, ਕਿਉਂਕਿ ਹਰ ਚੀਜ਼ ਨੂੰ ਜੋ ਤੁਸੀਂ ਬੋਇਲ ਕਰਦੇ ਨਾ ਤਾਂ ਸੂਪ ਜ਼ਰੂਰ ਕੱਢ ਲਿਆ ਕਰੋ, ਕਿਉਂਕਿ ਜਦੋਂ ਅਸੀਂ ਸੂਪ ਪੀਂਦੇ ਹਾਂ ਨਾ, ਇਹ ਵੈਸੇ ਵੀ ਸਾਡੀ ਹੈਲਥ ਵਾਸਤੇ ਬਹੁਤ ਅੱਛਾ ਹੁੰਦਾ ਹੈ। ਸਰਦੀਆਂ ਦਿਨਾਂ ਵਿੱਚ ਇਹਨੂੰ ਪੀਣ ਨਾਲ ਸਾਡੇ ਜਿਹੜੀ ਡਾਈਜੈਸਟਿਵ ਸਿਸਟਮ, ਸਾਡਾ ਜਿਹੜਾ ਰੈਸਪੀਰੇਟਰੀ ਸਿਸਟਮ ਬਹੁਤ ਠੀਕ ਰਹਿੰਦਾ ਹੈ। ਤਾਂ ਹੁਣ ਅਸੀਂ ਰੱਖਦੇ ਹਾਂ, ਪ੍ਰੈਸ਼ਰ ਕੁੱਕਰ ਰੱਖਿਆ, ਅਸੀਂ ਹੁਣ ਇਹਨਾਂ ਨੂੰ ਜਿਹੜਾ ਮਸਾਲਾ ਤਿਆਰ ਕਰਨਾ ਹੈ ਰਾਜਮਾਂ ਵਾਸਤੇ, ਉਹ ਦੇਖੋ ਹੋ ਰਿਹਾ। ਪਿਆਜ਼ ਕੱਟੇ ਹੋਏ ਨੇ ਸਾਡੇ, ਅਤੇ ਅਸੀਂ ਟਮਾਟਰ ਵੀ ਕੱਟ ਰਹੇ ਹਾਂ। ਇਹਨਾਂ ਨੂੰ ਤੜਕਾ ਲਗਾ ਕੇ ਅੱਜ ਇੱਕ ਨਵੇਂ ਤਰੀਕੇ ਨਾਲ ਦੱਸਾਂਗੇ ਕਿ ਇਹਨੂੰ ਕੀ ਕਰਨਾ ਹੈ। ਇਸ ਕਰਕੇ ਤੁਸੀਂ ਮੇਰੀ ਵੀਡੀਓ 'ਚ ਬਣੇ ਰਹੋ, ਅੰਤ ਤੱਕ ਜ਼ਰੂਰ ਦੇਖਿਓ। ਅੱਜ ਵੀ ਅਸੀਂ ਘਿਓ ਨਹੀਂ ਯੂਜ਼ ਕਰਦੇ, ਅਸੀਂ ਮਸਟਰਡ ਆਇਲ ਯੂਜ਼ ਕਰਦੇ, ਜਿਹੜੇ ਲਕਸ਼ਮੀ ਦਾ ਹੈਗਾ, ਤੁਹਾਨੂੰ ਪਹਿਲਾਂ ਵੀ ਦੱਸਿਆ। ਇਹ ਬਹੁਤ ਅੱਛਾ ਤੇਲ ਹੈ, ਸ਼ੁੱਧ ਹੈ, ਅਤੇ ਸਾਡੇ ਲਈ ਮਤਲਬ ਸਾਡੇ ਜਿਹੜੇ ਗਲੇ ਵਾਸਤੇ ਵੀ ਠੀਕ ਰਹਿੰਦਾ ਹੈ। ਡਾਈਜੈਸਟਿਵ ਜੰਮਦਾ ਨਹੀਂ ਹੈ, ਘਿਓ ਜੰਮ ਜਾਂਦਾ ਹੈ, ਅਤੇ ਇਹਨੂੰ ਅਸੀਂ ਹੁਣ ਬਿਲਕੁਲ ਅਸੀਂ ਤੱਕ ਕਲਰ ਚੇਂਜ ਨਹੀਂ ਹੁੰਦਾ, ਬਸ ਇੰਨਾ ਕਿ ਘਿਓ 'ਚ ਅਸੀਂ ਉਸੇ ਵੇਲੇ ਕਰ ਦਿੰਦੇ ਹਾਂ। ਇਹਦੇ 'ਚ ਬਸ ਇੱਕ ਚੀਜ਼ ਦਾ ਖਿਆਲ ਰੱਖਣਾ, ਜਦੋਂ ਤੱਕ ਇਹਦਾ ਕਲਰ ਨਹੀਂ ਚੇਂਜ ਹੁੰਦਾ ਅਤੇ ਧੂੰਆਂ ਨਹੀਂ ਆਉਂਦਾ, ਉਨ ਤੱਕ ਅਸੀਂ ਪਿਆਜ਼ ਨਹੀਂ ਪਾਉਣੇ। ਧੂੰਆਂ ਨਿਕਲ ਰਿਹਾ, ਇਹ ਸਭ ਤੋਂ ਪਹਿਲਾਂ ਜੀਰਾ ਪਾਵਾਂਗੇ, ਨਾ ਚੁਟਕੀ ਪਰ ਹਿੰਗ ਪਾਵਾਂਗੇ, ਜਿਹੜੀ ਕਿ ਵਾਈ ਵਾਸਤੇ ਹੁੰਦੀ ਹੈ, ਗੈਸ ਵਾਸਤੇ ਹੁੰਦੀ ਹੈ, ਸਾਡਾ ਪੇਟ ਠੀਕ ਰਹਿੰਦਾ, ਕਿਉਂਕਿ ਰਾਜਮਾਂਹ ਥੋੜ੍ਹਾ ਜਿਹਾ ਹੁੰਦਾ ਨਾ ਰਾਜਮਾਂਹ ਵਿੱਚ, ਇਸ ਕਰਕੇ ਬਹੁਤ ਜ਼ਰੂਰੀ ਹੈ। ਹੁਣ ਅਸੀਂ ਪਿਆਜ਼ ਪਾਉਣ ਲੱਗੇ ਹਾਂ, ਸਾਨੂੰ ਪਿਆਜ਼ ਨੂੰ ਭੁੰਨਾਂਗੇ ਇਹਦਾ ਕਲਰ ਚੇਂਜ ਹੋਣ ਤੱਕ, ਥੋੜ੍ਹਾ ਪਿੰਕ ਬਰਾਊਨ ਕਰਨਾ ਹੈ, ਕਿਉਂਕਿ ਤੁਹਾਨੂੰ ਕਹਿੰਦਾ ਮੈਂ ਇੱਕ ਤਰੀਕਾ ਦੱਸਾਂਗੀ ਕੀ ਕਰਨਾ। ਹੁਣ ਦੇਖੋ ਮੇਰੇ ਪਿਆਜ਼ ਦਾ ਕਲਰ ਦੇਖ ਰਹੇ ਹੋ ਗਿਆ ਨਾ, ਪਿੰਕ ਪਿੰਕ ਹੋ ਗਿਆ। ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਗਾਰਲਿਕ ਅਤੇ ਉਹਦੀ ਪੇਸਟ ਜਿੰਜਰ ਦੀ, ਉਹ ਇਸ ਕਰਕੇ ਅਸੀਂ ਪਾਉਂਦੇ ਹਾਂ ਬਾਅਦ 'ਚ, ਕਿਉਂਕਿ ਇਹਦੇ ਨਾ ਨਹੀਂ ਤਾਂ ਇਹ ਕਾਫੀ ਜ਼ਿਆਦਾ ਘੱਟ ਜਾਂਦੀ ਹੈ, ਇਹਦੇ ਨਾਲ ਥੋੜ੍ਹਾ ਠੀਕ ਰਹਿੰਦਾ। ਆਹ ਦੇਖੋ ਮੇਰੇ ਪਿਆਜ਼ਾਂ ਦਾ ਕਲਰ ਦੇਖੋ। ਹੁਣ ਅਸੀਂ ਟਮਾਟਰ ਪਾਵਾਂਗੇ, ਟਮਾਟਰ ਨੂੰ ਭੁੰਨਣਾ ਅਸੀਂ ਹੁਣ ਚੰਗੀ ਤਰ੍ਹਾਂ। ਆਲਮੋਸਟ ਆਇਲ ਸੈਪਰੇਟ ਹੋ ਰਿਹਾ, ਅਸੀਂ ਹੁਣ ਅਸੀਂ ਸੁੱਕੇ ਮਸਾਲੇ ਪਾ ਕੇ ਇਹਨਾਂ ਨੂੰ ਭੁੰਨਣਾ। ਮਸਾਲੇ ਪਾਏ, ਪਹਿਲਾਂ ਉਹਨੂੰ ਸਿਮ 'ਤੇ ਕਰਨਾ ਹੈ। ਧਨੀਆ ਪਾਊਡਰ 1 ਚਮਚ, ਹਲਦੀ 1/2 ਚਮਚ, ਗਰਮ ਮਸਾਲਾ 1 ਚਮਚ, ਨਮਕ ਥੋੜ੍ਹਾ ਜਿਹਾ, ਕਿ ਨਮਕ ਅਸੀਂ ਔਰੇਂਜ ਨੂੰ ਬੋਇਲ ਕੀਤੇ ਉਦੋਂ ਪਾਇਆ, 1 ਦੇਗੀ ਮਿਰਚ 1/2 ਚਮਚ, ਇਹਨੂੰ ਹੁਣ ਚੰਗੀ ਤਰ੍ਹਾਂ ਭੁੰਨਣਾ ਹੈ ਇਹਨਾਂ ਨੂੰ। ਜੇ ਤੁਹਾਨੂੰ ਲੱਗੇ ਕਿ ਨਾਲ ਲੱਗ ਰਿਹਾ ਫਿਰ ਅਸੀਂ ਪਾਣੀ ਪਾਵਾਂਗੇ, ਨਹੀਂ ਤਾਂ ਅਦਰਵਾਈਜ਼ ਅਸੀਂ ਭੁੰਨ ਲਾਂਗੇ ਚੰਗੀ ਤਰ੍ਹਾਂ। 1 ਹਰੀ ਮਿਰਚ ਮੈਂ ਸਾਬਤ ਹੀ ਪਾਣੀ, ਕਿਉਂਕਿ ਬੱਚੇ ਆ ਨਾ ਐਕਚੁਅਲੀ, ਅਤੇ ਬੱਚਿਆਂ ਦੇ ਘੱਟ ਹੀ ਸਕਦੇ, ਕਿਉਂਕਿ ਬੱਚਿਆਂ ਦੇ ਮੁੱਖ ਆਏ ਤਾਂ ਅਸੀਂ ਇਹਨੂੰ ਕੱਢ ਸਕਦੇ ਬਾਹਰ, ਇਸ ਕਰਕੇ ਪੂਰੀ ਸਾਬਤ ਮਿਰਚ ਪਾਈ ਹੈ। ਹੁਣ ਦੇਖੋ ਜੀ ਥੋੜ੍ਹਾ ਜਿਹਾ ਥੋੜ੍ਹਾ ਜ਼ਿਆਦਾ ਨਹੀਂ ਹੋਇਆ, ਤਾਂ ਅਸੀਂ ਇਹਨੂੰ ਇੱਕ ਨਵਾਂ ਤੁਹਾਨੂੰ ਤਰੀਕ ਦੱਸਣਾ ਸੀ, ਇਹਨੂੰ ਅਸੀਂ ਹੁਣ ਅਸੀਂ ਮਿਕਸੀ 'ਚ ਪਾਉਣ ਲੱਗੇ ਹਾਂ। ਮਿਰਚ ਨਹੀਂ ਪਾਤਾ, ਕਿਉਂਕਿ ਮਿਰਚ ਅੱਛੀ ਤਰ੍ਹਾਂ ਗ੍ਰਾਇੰਡ ਹੋ ਜਾਏ, ਕਿ ਬੱਚਿਆਂ ਦੇ ਮੂੰਹ 'ਚ ਆਏ ਨਾ ਬਿਲਕੁਲ, ਉਹਨਾਂ ਨੂੰ ਪਤਾ ਨਹੀਂ ਚੱਲੇ। ਅਸੀਂ ਗੈਸ ਬੰਦ ਕਰਤਾ ਕਿ ਨਾਲ ਨਾ ਲੱਗੇ। ਹੁਣ ਇਹਨੂੰ ਗ੍ਰਾਇੰਡ ਕਰਕੇ ਫਿਰ ਥੋੜ੍ਹਾ ਜਿਹਾ ਭੁੰਨਾਂਗੇ, ਉਸ ਤੋਂ ਬਾਅਦ ਅਸੀਂ ਇਹ 'ਚ ਮਿਕਸ ਕਰਾਂਗੇ। ਆਹ ਦੇਖੋ ਅਸੀਂ ਪਾਤਾ ਇਹਦੇ ਵਿੱਚ, ਦੇਖੋ ਕਾਫੀ ਦੇਖ ਰਹੇ ਹੋ ਗਏ, ਲੱਗਦਾ ਨਾ ਜਿਵੇਂ ਮੁਲਾਇਮ, ਜਿਹੜਾ ਸਾਡਾ ਪਾਣੀ ਬੋਇਲ ਹੋਇਆ ਸੀ ਥੋੜ੍ਹਾ ਮਿਕਸ ਕਰਕੇ, ਮਿਕਸੀ 'ਚ ਅਸੀਂ ਸਾਰਾ ਪਾ ਲਿਆ, ਕਿਉਂਕਿ ਮਿਕਸੀ ਨੂੰ ਥੋੜ੍ਹਾ ਲੱਗਿਆ ਹੋਇਆ ਸੀ, ਅਜੇ ਥੋੜ੍ਹਾ ਜਿਹਾ ਲੱਗਾ ਸੀ, ਹੋਰ ਥੋੜ੍ਹਾ ਜਿਹਾ ਪਾ ਸਕਦੇ ਹਾਂ। ਚਲੋ ਹੁਣ ਇਹਨੂੰ ਥੋੜ੍ਹਾ ਭੁੰਨ ਕੇ ਅਸੀਂ ਇਹਦੇ 'ਚ ਅਸੀਂ ਰਾਜਮਾਂਹ ਮਿਕਸ ਕਰਾਂਗੇ ਜਿਹੜੇ ਬੋਇਲ ਵਾਲੇ ਸਾਡੇ ਆ। ਆਹ ਦੇਖੋ ਮਸਾਲਾ ਕਿੰਨਾ ਵਧੀਆ ਭੁੱਜਿਆ ਜਾ ਰਿਹਾ, ਆਲਮੋਸਟ ਮਸਾਲਾ ਭੁੱਜ ਗਿਆ ਹੁਣ ਇਹਦੇ 'ਚ।
अपने राजमा मिक्स करांगे। देखो जी साडे राजमा ते चावल बन के तैयार हो गया है। किन्ना सोहनी रंगत आई है साडे राजमा दी तरी वाले। तुसीं फुलका ने भी खा सकदे हो। मेरे प्यारे दर्शको प्लीज मेरे वीडियो नू लाइक कर देना, शेयर कर देना, कमेंट कर देना, दसना कि तुहानू किस तरह दे लगे। कुछ भी होगा तुसीं अपने कमेंट जरूर मिल पाना। मेरे चैनल नू सबसक्राइब कर देना। Thank you so much.